ਗੁਰਦਾਸਪੁਰ ਦੇ ਪਿੰਡ ਘੁੰਮਣ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਅਕਾਲੀਆਂ ਤੇ ਜੰਮ ਕੇ ਵਰਸੇ ਨੇ। ਸਿੱਧੂ ਨੇ ਸਵਾਲ ਪੁੱਛਿਆ ਕਿ ਕੀ ਬਾਦਲ ਸਾਹਿਬ ਇਹ ਮੰਨਦੇ ਨੇ ਕਿ ਡੇਰਾ ਪ੍ਰੇਮੀਆਂ ਨੇ ਇਹ ਗੁਨਾਹ ਕੀਤਾ ਸੀ। ਰਣਜੀਤ ਕਮਿਸ਼ਨ ਦੀ ਰਿਪੋਰਟ ਵਿੱਚ ਨਾਮ ਸ਼ਾਮਿਲ ਨੇ। ਬੇਅਦਬੀ ਮਾਮਲੇ ਵਿੱਚ ਸ਼ਾਂਤਮਈ ਤਰੀਕੇ ਨਾਲ ਬੈਠੇ ਲੋਕਾਂ ਤੇ ਬਾਦਲਾਂ ਨੇ ਗੋਲੀਆਂ ਕਿਉਂ ਚਲਾਈਆਂ? ਉਹਨਾਂ ਬਾਦਲਾਂ ਦੀ ਤੁਲਨਾ ਸਿਆਸਤਦਾਨ ਤੋਂ ਸੁਦਰਾਗਰਾਂ ਨਾਲ ਕਰ ਦਿੱਤੀ। ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਐਸੀ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ ਕਿ ਪੀੜ੍ਹੀ ਦਰ ਪੀੜ੍ਹੀ ਕੰਬੇ ਕਿ ਇਹੋ ਜਿਹਾ ਜਗੰਨਯ ਅਪਰਾਧ ਸੋਚੇ ਵੀ ਨਾ। ਸਭ ਤੋਂ ਵੱਡਾ ਮੁੱਦਾ ਇਹ ਹੈ ਜੀ, ਇਹ ਸਰਦਾਰ ਬਾਦਲ ਕੀ ਉਹ ਮੰਨਦਾ ਹੈ ਜਾਂ ਨਹੀਂ ਕਿ ਡੇਰਾ ਪ੍ਰੇਮੀਆਂ ਨੇ ਇਹ ਗੁਨਾਹ ਕੀਤਾ ਸੀ। ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਹ ਕਹਿੰਦੀ ਹੈ ਤੱਥ ਕੱਢ ਕੇ ਵੀ ਇਹ ਜਘਨਯ ਅਪਰਾਧ, ਜੇ ਇਹਨਾਂ ਦੇ ਕੋਲ ਕੋਈ ਕਾਊਂਟਰ ਹੈ, ਜੇ ਇਹਦੇ ਖਿਲਾਫ ਇਹਨਾਂ ਦੇ ਮਨ ਦੇ ਵਿੱਚ ਕੁਛ ਹੈ ਤਾਂ ਸਾਹਮਣੇ ਆਉਣ, ਮੈਨੂੰ ਬੁਲਾ ਲੈਣ, ਜਾਖੜ ਸਾਹਿਬ ਨੂੰ ਬੁਲਾ ਲੈਣ, ਸੁੱਖੀ ਭਾਅ ਜੀ ਨੂੰ ਬੁਲਾ ਲੈਣ, ਇਕੱਲੇ ਹੀ ਆਵਾਂਗੇ ਅਤੇ ਦੇਣ ਕਾਊਂਟਰ। ਵੇਖੋ ਇਹ ਅੱਜ ਗੱਲ ਕਰਨ ਡਏ ਹੈ ਫਿਰਕੂ ਤਾਕਤਾਂ ਦੀ, ਇਹ ਗੱਲ ਕਰਨ ਡਏ ਹੈ ਜੀ ਆਪਸੀ ਭਾਈਚਾਰੇ ਨੂੰ ਬਣਾਉਣ ਦੀ। ਬਾਦਲ ਨੂੰ ਪੁੱਛ ਵੀ ਕਿਹੜੇ ਹਿੰਦੂ ਨੇ ਤੁਹਾਡਾ ਵਿਰੋਧ ਕੀਤਾ, ਤੁਹਾਡਾ ਵਿਰੋਧ ਸਿੱਖ ਕੌਮ ਕਰ ਰਹੀ ਹੈ। ਇੱਥੇ ਕੋਈ ਨਾ ਹਿੰਦੂ ਨਾ ਮੁਸਲਮਾਨ, ਸਾਡਾ ਅਸੀਂ ਸਾਰੇ ਇੱਕ ਹਾਂ। ਤੁਹਾਨੂੰ ਇਸ ਵਕਤ ਅਗਰ ਇਹੀ ਗੱਲ ਨਹੀਂ ਸਮਝ ਆਉਂਦੀ ਵੀ ਤੁਹਾਡਾ ਵਿਰੋਧ ਕਿੱਥੋਂ ਹੋ ਰਿਹਾ ਅਤੇ ਤੁਸੀਂ ਲੋਕਾਂ ਦਾ ਫਿਰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਕੋਈ ਫਿਰਕੂ ਨਹੀਂ ਇੱਥੇ, ਕੋਈ ISI ਨਹੀਂ। ਵਿਰੋਧ ਤੁਹਾਡਾ ਸਿੱਖ ਕੌਮ ਕਰ ਰਹੀ ਹੈ ਔਰ ਕਿਸ ਕਾਰਨ ਕਰ ਰਹੀ ਹੈ ਤੁਸੀਂ ਜਾਣਦੇ ਹੋ।